ਸਰਕਾਰ ਦੱਸੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਪਿਛਲੇ 42 ਮਹੀਨਿਆਂ ਚ ਕਿੰਨੀ ਸਰਕਾਰੀ ਨੌਕਰੀ ਇਸ ਸਰਕਾਰ ਦੇ ਦੌਰਾਨ ਮਿਲੀ ਤਕਰੀਬਨ 1 ਲੱਖ 5000 ਰੁਪਿਆ ਪਰ ਨੌਜਵਾਨ ਜੇ 52 ਲੱਖ ਹਾਊਸਹੋਲਡ ਹੈ ਪੰਜਾਬ ਚ ਉਸ ਹਿਸਾਬ ਨਾਲ 55000 ਕਰੋੜ ਰੁਪਿਆ ਪੰਜਾਬ ਦੇ ਨੌਜਵਾਨਾਂ ਦਾ 1 ਲੱਖ 5000 ਹਰ ਇੱਕ ਨੌਜਵਾਨ ਦਾ ਪੰਜਾਬ ਦੀ ਸਰਕਾਰ ਮਾਰੀ ਬੈਠੀ ਹੈ ਤੇ ਇਸ ਗੱਲ ਦਾ ਜ਼ਿੰਮੇਵਾਰ ਕੌਣ ਹੈ ਇਹਨਾਂ ਵਾਅਦਿਆਂ ਨੂੰ ਲੈ ਕੇ ਜੇ ਸਰਕਾਰ ਇਹ ਵਾਅਦੇ ਤੁਰੰਤ ਪੂਰੇ ਨਹੀਂ ਕਰਦੀ ਤਾਂ ਜਿੱਥੇ ਕਪਟਨ ਅਮਰਿੰਦਰ ਸਿੰਘ ਜਾਊਗਾ ਪੰਜਾਬ ਜਾਂ ਜਿੱਥੇ ਉਹਦੇ ਵਜ਼ੀਰ ਜਾਣਗੇ ਯੂਥ ਅਕਾਲੀ ਦਲ ਉਹਨਾਂ ਦਾ ਘਰਾਉ ਕਰ ਦੇਗਾ ਕਾਂਗਰਸ ਪਾਰਟੀ ਵੱਲੋਂ ਸੱਤਾ ਤੋਂ ਆਉਣ ਤੋਂ ਪਹਿਲੇ ਵਾਅਦੇ ਕੀਤੇ ਗਏ ਸੀਗੇ ਜਿਨ੍ਹਾਂ ਨੂੰ ਲੈ ਕੇ ਹਮੇਸ਼ਾ ਵਿਰੋਧੀ ਧਿਰ ਉਹਨਾਂ ਤੇ ਸਵਾਲ ਉਠਾਉਂਦਾ ਰਿਹਾ ਹੈ ਇਸ ਵਾਰੀ ਗੱਲ ਕਰੀਏ ਤਾਂ ਇੱਕ ਇਸ਼ਤਿਹਾਰ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਜਿਸ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਵੱਲੋਂ ਕੜਾ ਇਤਰਾਜ਼ ਜਤਾਇਆ ਜਾ ਰਿਹਾ ਹੈ ਪਰਮਨ ਸਿੰਘ ਬੰਟੀ ਰਮਣਾ ਸਾਹਿਬਾ ਮੌਜੂਦ ਨੇ ਰਮਣਾ ਸਾਹਿਬ ਇਸ ਇਸ਼ਤਿਹਾਰ ਆਇਆ ਅਖਬਾਰ ਵਿੱਚ ਨੌਕਰੀਆਂ ਦੀ ਗੱਲ ਕੀਤੀ ਗਈ ਹੈ ਕਿਉਂ ਆਪत्ति ਇਸ ਤੇ ਦੇਖੋ ਅਸੀਂ ਤਾਂ ਵੈਲਕਮ ਕਰਦੇ ਹਾਂ ਜੇ ਸਰਕਾਰ ਦੀ ਨੀਅਤ ਸਾਫ਼ ਹੋਵੇ ਸਰਕਾਰ ਨੇ ਕਾਂਗਰਸ ਪਾਰਟੀ ਨੇ ਸੱਤਾ ਚਾਉਣ ਤੋਂ ਪਹਿਲਾਂ 2017 ਦੇ ਵਿੱਚ ਆ ਉਹਨਾਂ ਦਾ ਮੈਨੀਫੈਸਟੋ ਹੈ ਮੇਰੇ ਕੋਲੇ ਜਿਹੜਾ ਉਹਨਾਂ ਨੇ ਜਾਰੀ ਕੀਤਾ ਸੀ ਮੰਤਰੀਤ ਸਿੰਘ ਬਾਦਲ ਜਿਹੜਾ ਹੁਣ ਖਜ਼ਾਨਾ ਮੰਤਰੀ ਹੈ ਉਹ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਸੀ ਤੇ ਡਾਕਟਰ ਮਨਮੋਹਨ ਸਿੰਘ ਨੇ ਜਾਰੀ ਕੀਤਾ ਸੀ ਇਹਦੇ ਵਿੱਚ ਉਹਨਾਂ ਦਾ ਵੱਡਾ ਵਾਅਦਾ ਨੌਜਵਾਨਾਂ ਨਾਲ ਇਹ ਸੀ ਕਿ ਹਰ ਘਰ ਦੇ ਵਿੱਚ ਇੱਕ ਨੌਕਰੀ ਦੇਵਾਂਗੇ ਆ ਅ ਜੌਬ ਫਾਰ ਏਵਰੀ ਹਾਊਸਹੋਲਡ ਇਨ 5 ইয়ার্স ਅਗਲਾ ਉਹਨਾਂ ਨੇ ਵਾਅਦਾ ਇਹ ਕੀਤਾ ਕਿ ਜਿੰਨਾ ਚਿਰ ਨੌਕਰੀ ਨਹੀਂ ਮਿਲਦੀ ਅਨਟਿਲ ਦ ਟਾਈਮ ਦੇ ਆਰ ਪ੍ਰੋਵਾਈਡਡ ਅ ਜੌਬ ਈਚ ਦੇ ਵਿਲ ਬੀ ਪਾਰਟ ਟੇਕਿੰਗ ਆਫ ਏਨ ਅਨਇੰਪਲੋਇਮੈਂਟ ਅਲਾਉਂਸ ਐਟ ਦ ਰੇਟ ਆਫ 2500 ਰੁਪਿਆ ਪਰ ਮਹੀਨਾ ਸੋ ਇਹ ਸੀ ਕਿ ਜਿੰਨਾ ਚਿਰ ਨੌਕਰੀ ਨਹੀਂ ਮਿਲਦੀ 2500 ਰੁਪਿਆ ਮਹੀਨਾ ਦੇਵਾਂਗੇ ਅੱਜ ਤਕਰੀਬਨ ਸਰਕਾਰ ਬਣਿਆ 42 ਮਹੀਨੇ ਹੋ ਗਏ 2500 ਰੁਪਿਆ ਮਹੀਨੇ ਦੇ ਹਿਸਾਬ ਨਾਲ 1,5000 ਰੁਪਿਆ ਹਰ ਨੌਜਵਾਨ ਦੇ ਖਾਤੇ 'ਚ ਇਸ ਸਰਕਾਰ ਵੱਲੋਂ ਦਿੱਤਾ ਜਾਣਾ ਬਣਦਾ ਸੀ ਅੱਜ ਇਸ ਪੋਲ ਖੁੱਲਿਆ ਇਹਨਾਂ ਦਾ ਟ੍ਰਿਬਿਊਨ ਅਖਬਾਰ ਨੇ ਇੱਕ ਬੜੀ ਵੱਡੀ ਖਬਰ ਲਾਈ ਹੈ ਕਿ 3 ਸਾਲ ਤੋਂ ਉੱਪਰ ਸਰਕਾਰ ਬਣੀ ਨੂੰ ਹੋ ਗਏ ਤੇ ਜੌਬਲੈਸ ਯੂਥ ਅਵੇਟ ਅਲਾਵੈਂਸ ਦੂਜੇ ਪਾਸੇ ਸਰਕਾਰ ਇੱਕ ਇਸ਼ਤਿਹਾਰ ਦਿੰਦੀ ਹੈ ਕਿ ਅਸੀਂ ਮੈਗਾ ਜੌਬ ਫੇਅਰ ਕਰ ਰਹੇ ਹਾਂ ਕਿ 90 ਹਜ਼ਾਰ ਜੌਬ ਓਪਰਚ्युनिटीਜ਼ ਅਸੀਂ ਦੇਵਾਂਗੇ ਛੋਟਾ ਛੋਟਾ ਲਿਖ ਦਿੰਦੇ ਹਨ ਪ੍ਰਾਈਵੇਟ ਸੈਕਟਰ ਅੱਜ ਤੱਕ ਜਿੰਨੇ ਸਰਕਾਰ ਨੇ ਜੌਬ ਫੇਅਰ ਲਾਏ ਹੈ ਰੋਜ਼ਗਾਰ ਮੇਲੇ ਲਾਏ ਹੈ ਸਰਕਾਰ ਦੱਸੇ ਕਿੰਨੀਆਂ ਨੌਕਰੀਆਂ ਮਿਲੀਆਂ ਉਹਦੇ ਚ ਸਰਕਾਰੀ ਨੌਕਰੀਆਂ ਸਰਕਾਰ ਦੇ ਵੱਸ ਹੁੰਦੀਆਂ ਦੇਣੀਆਂ ਸਰਕਾਰ ਦੱਸੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਪਿਛਲੇ 42 ਮਹੀਨਿਆਂ 'ਚ ਕਿੰਨੀ ਸਰਕਾਰੀ ਨੌਕਰੀ ਇਸ ਸਰਕਾਰ ਦੇ ਦੌਰਾਨ ਮਿਲੀ ਹੁਣ ਜੇ ਤੁਸੀਂ ਕੋਈ ਆਪਦੀ ਕੰਪਨੀ ਦੇ ਵਿੱਚ ਡਰਾਈਵਰ ਰੱਖ ਲਓ ਆਪਦੇ ਘਰ ਦੇ ਵਿੱਚ ਕੋਈ ਰਸੋਈਆ ਰੱਖ ਲਓ ਆਪਦੇ ਘਾਹ ਨੂੰ ਕੱਟਣ ਨੂੰ ਕੋਈ ਮਾਲੀ ਰੱਖ ਲਓ ਕੀ ਉਹ ਸਰਕਾਰ ਨੇ ਨੌਕਰੀਆਂ ਦਵਾਈਆਂ ਸਰਕਾਰ ਤਾਂ ਉਹਨਾਂ ਦੀ ਗਿਣਤੀ ਕਰੀ ਜਾਂਦੀ ਹੈ ਤੇ ਆ ਬੜੀ ਕਲੀਅਰਲੀ ਅੱਜ ਅਖਬਾਰ 'ਚ ਖਬਰ ਲੱਗੀ ਹੈ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਜਿਹੜਾ ਵੀ ਨੌਜਵਾਨ 1 ਜੁਲਾਈ 2017 ਕਟ-ਆਫ ਡੇਟ ਰੱਖੀ ਸੀ 18 ਸਾਲ ਤੋਂ 35 ਸਾਲ ਦੇ ਵਿੱਚ ਹੋਏ ਉਹਨੂੰ 2500 ਰੁਪਇਆ ਮਹੀਨਾ ਬੇਰੋਜ਼ਗਾਰੀ ਪੱਤਾ ਦੇਵਾਂਗੇ ਤੇ ਕੀ ਹੋ ਗਿਆ ਜੀ 42 ਮਹੀਨਿਆਂ ਚ ਤਕਰੀਬਨ 1 ਲੱਖ 5000 ਰੁਪਇਆ ਪਰ ਨੌਜਵਾਨ ਜੇ 52 ਲੱਖ ਹਾਊਸਹੋਲਡ ਹੈ ਪੰਜਾਬ ਚ ਉਸ ਹਿਸਾਬ ਨਾਲ 55000 ਕਰੋੜ ਰੁਪਇਆ ਪੰਜਾਬ ਦੇ ਨੌਜਵਾਨਾਂ ਦਾ 1 ਲੱਖ 5000 ਹਰ ਇੱਕ ਨੌਜਵਾਨ ਦਾ ਪੰਜਾਬ ਦੀ ਸਰਕਾਰ ਮਾਰੀ ਬੈਠੀ ਹੈ ਤੇ ਇਸ ਗੱਲ ਦਾ ਜ਼ਿੰਮੇਵਾਰ ਕੌਣ ਹੈ ਵਾਅਦੇ ਕੀਤੇ ਮੈਨੀਫੈਸਟੋ ਚ ਫਾਰਮ ਭਰਾਏ ਗੁਟਕਾ ਸਾਹਿਬ ਦੇ ਹੱਥ ਚ ਫੜ ਕੇ ਸੌ ਖਾਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੀ ਤੇ ਅੱਜ ਸਰਕਾਰ ਇਹਨਾਂ ਸਾਰੀਆਂ ਗੱਲਾਂ ਤੋਂ ਭੱਜ ਗਈ ਹੈ ਇਸ ਗੱਲ ਦੀ ਅਪੱਤੀ ਹੈ ਸਾਨੂੰ ਹੁਣ ਅਕਾਲੀ ਦਲ ਨੇ ਕੀ ਸੋਚਿਆ ਹੈ ਕੀ ਕੀਤਾ ਜਾਣਾ ਕਿਉਂਕਿ ਵਿਰੋਧੀ ਵਿਰੋਧੀ ਧਿਰ ਦੇ ਵਿੱਚ ਬੈਠੇ ਹਾਂ ਤੁਹਾਡਾ ਫਰਜ਼ ਬੰਦਾ ਹੈ ਆਵਾਜ਼ ਉਠਾਣਾ ਆਵਾਜ਼ ਉਠਾਣ ਲਈ ਕੀ ਕਰੋਗੇ ਤਾਂ ਕਿ ਸਰਕਾਰ ਦੇ ਕੰਨ ਖੋਲ ਸਕਣ ਲੋਕਾਂ ਨੂੰ ਹੱਕ ਮਿਲ ਸਕੇ ਦੇਖੋ ਜਿਹੜੇ ਵਾਦੇ ਲਿਖਤੀ ਤੌਰ ਤੇ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਕੀਤੇ ਸੀ ਨੌਜਵਾਨਾਂ ਨਾਲ ਜੇ ਮੈਂ ਖਾਸ ਤੌਰ ਤੇ ਗੱਲ ਕਰਾਂ ਘਰ ਘਰ ਰੋਜ਼ਗਾਰ ਦਾ ਬੇਰੋਜ਼ਗਾਰੀ ਭੱਤੇ ਦਾ ਹਰਾ ਟਰੈਕਟਰ ਸਕੀਮ ਸੀ ਆਪਣੀ ਗੱਡੀ ਆਪਣਾ ਰੋਜ਼ਗਾਰ ਸੀ ਯਾਰੀ ਐਂਟਰਪ੍ਰਾਈਜ਼ਸ ਸੀ ਹੋਰ अनेका ਵਾਦੇ ਸੀ ਇਹਨਾਂ ਵਾਦਿਆਂ ਨੂੰ ਲੈ ਕੇ ਜੇ ਸਰਕਾਰ ਇਹ ਵਾਦੇ ਤੁਰੰਤ ਪੂਰੇ ਨਹੀਂ ਕਰਦੀ ਤਾਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਜਾਊਗਾ ਪੰਜਾਬ 'ਚ ਜਾ ਜਿੱਥੇ ਉਹਦੇ ਵਜ਼ੀਰ ਜਾਣਗੇ ਯੂਥ ਅਕਾਲੀ ਦਲ ਉਹਨਾਂ ਦਾ ਘਰਾਉ ਕਰੂਗਾ ਜੀ ਕਿਤੇ ਇਹ ਮੈਨੀਫੈਸਟੋ ਦੀਆਂ ਕਾਪੀਆਂ ਉਹਨਾਂ ਨੂੰ ਦੇਵਾਂਗੇ ਵੀ ਇਹਨਾਂ ਮੈਨੀਫੈਸਟੋਸ ਤੇ ਜਿਹੜੇ ਵਾਅਦੇ ਆ ਉਹਦੇ ਜ਼ਿੰਮੇਵਾਰ ਕਾਉਂਗੇ ਥੈਂਕ ਯੂ ਵੈਰੀ ਮਚ ਤਾਂ ਬੰਟੀਰਵਾਨਾ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਗੱਲ ਕੀਤੀ ਜਾਵੇ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਤੇ ਤਾਂ ਇੱਕ ਇਸ਼ਤਿਹਾਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅਖਬਾਰਾਂ ਵਿੱਚ ਦਿੱਤਾ ਗਿਆ ਹੈ ਨੌਕਰੀਆਂ ਲੈ ਕੇ ਉਸ ਨੂੰ ਲੈ ਕੇ ਆਪਾਂ ਦੇ ਜਿਤਾਏ ਜਾ ਰਹੇ ਸੀ ਕਿ ਇਹ ਇਸ਼ਤਿਹਾਰ ਜੋ ਹੈ ਇਹ ਵੀ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਨੇ ਉਹਨਾਂ ਵਾਸਤੇ ਨੇ ਜਦਕਿ ਫਰਜ਼ਮੰਦਾ ਸੀਗਾ ਕਿ ਸਰਕਾਰੀ ਜੋ ਨੌਕਰੀਆਂ ਨੇ ਉਹਨਾਂ ਵਾਸਤੇ ਜੋ ਕੀ ਵਾਦਾ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਕੈਪਟਨ ਸਰਕਾਰ ਵੱਲੋਂ ਉਸ ਦੇ ਅਨੁਸਾਰ ਨੌਕਰੇ ਦਿੱਤੇ ਜਾਂਦੀਆਂ ਅਤੇ ਪੰਜਾਬ ਨੂੰ ਲਗਾਤਾਰ ਖੁਸ਼ਹਾਲੀ ਵੱਲ ਲੈ ਕੇ ਜਾਣ ਦਾ ਫਿਲਹਾਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਵੱਲੋਂ ਕਿਹਾ ਗਿਆ ਹੈ ਕਿ ਜੋ ਵੀ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਆਉਣ ਵਾਲੇ ਸਮੇਂ ਵਿੱਚ ਮੈਮੋਰੰਡਮ ਜਾਂ ਕਾਪੀਆਂ ਦਿਖਾ ਕੇ ਉਹਨਾਂ ਦਾ ਘਰਾਵ ਕੀਤਾ ਜਾਵੇਗਾ ਫਿਲਹਾਲ ਵੇਖਦੇ ਹਾਂ ਕਿ ਸਰਕਾਰ ਵੱਲੋਂ ਜੋ ਵਾਦੇ ਕੀਤੇ ਗਏ ਸੀਗੇ ਇਹ ਕਿਦੋਂ ਤੱਕ ਪੂਰੇ ਹੁੰਦੇ ਨੇ तो तो कैमरा राजेश बागड़ी देना सूरज प्रकाश दैनिक टीवी ऑल वर्ल्ड ओपन चैलेंज 17 टाइम गोल्ड मेडलिस्ट मियार रफीक मोहम्मद पंडित बेगम तांत्रिक ठगा सावधान सिर्फ इकती घंटिया मोबाइल चौरासी तीन सो चुहत्तर चौरानवे छे सो संताली चौरासी तीन सो चुहतर 94648 ਦੁਨੀਆ ਦੀ ਹਰ ਵੱਡੀ ਖਬਰ ਤੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ